ਫਾਜ਼ਿਲਕਾ ਦੇ ਜੈਨ ਸਕੂਲ ਵਾਲੀ ਗਲੀ ਦੇ ਵਿੱਚ ਬੀਤੀ ਰਾਤ ਬੰਦ ਪਏ ਇੱਕ ਮਕਾਨ ਦੇ ਵਿੱਚ ਵੜ ਗਏ ਚੋਰ। ਮੁਹੱਲਾ ਨਿਵਾਸੀਆਂ ਨੇ ਬੁਲਾਈ ਪੁਲਿਸ, ਕੀਤੀ ਕਾਰਵਾਈ ਦੀ ਮੰਗ। ਫਾਜ਼ਿਲਕਾ ਦੀ ਜੈਨ ਸਕੂਲ ਵਾਲੀ ਗਲੀ ਦੇ ਵਿੱਚ ਬੰਦ ਪਏ ਇੱਕ ਮਕਾਨ ਦੇ ਵਿੱਚ ਬੀਤੀ ਰਾਤ ਚੋਰ ਵੜ ਗਏ, ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਵੱਲੋਂ ਸ਼ੋਰ ਮਚਾਇਆ ਗਿਆ, ਜਿਸ ਦੇ ਚਲਦਿਆਂ ਚੋਰ ਤਾਂ ਭੱਜ ਗਏ ਲੇਕਿਨ ਇਸ ਮਕਾਨ ਦੇ ਵਿੱਚ ਲੱਗੀ ਮੋਟਰ ਨਾਲ ਲੈ ਗਏ ਅਤੇ ਵਾਸ਼ ਮਸ਼ੀਨ ਦੀ ਪੰਨਤੋੜ ਵੀ ਕੀਤੀ ਗਈ, ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਅਤੇ ਇਹੋ ਜਿਹੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਹ ਮਕਾਨ ਮੋਹਨ ਲਾਲ ਸ਼ਰਮਾ ਦਾ ਹੈ, ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਹਨ ਅਤੇ ਹੁਣ ਮਕਾਨ ਤੋੜਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਲੱਗੀ ਮੋਟਰ ਚੋਰ ਲੈ ਗਏ ਹਨ ਅਤੇ ਇਸ ਵਾਸ਼ ਮਸ਼ੀਨ ਦੀ ਪੰਨਤੋੜ ਵੀ ਕੀਤੀ ਗਈ ਹੈ। ਉੱਧਰ ਮੌਕੇ 'ਤੇ ਪਹੁੰਚੇ ਪੁਲਿਸ ਕਰਮਚਾਰੀਆਂ ਦਾ ਕਹਿਣਾ ਕਿ ਚੋਰ ਮੋਟਰ ਵਿੱਚ ਹੀ ਛੱਡ ਗਏ ਹਨ ਅਤੇ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ। ਉੱਧਰ ਚੋਰੀ ਦੀ ਸੂਚਨਾ ਪਾ ਕੇ ਮੌਕੇ 'ਤੇ ਵਿਧਾਇਕ ਦੇ ਪ੍ਰਤੀਨਿਧੀ ਵਜੋਂ ਆਮ ਆਦਮੀ ਪਾਰਟੀ ਦੇ ਯੁਵਾ ਨੇਤਾ ਵਿਪਨ ਚਾਵਲਾ ਵੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵੱਲੋਂ ਪੁਲਿਸ ਨੂੰ ਚੋਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਬਿਲਕੁਲ, ਆਪਾਂ ਨੂੰ ਇੱਥੋਂ ਚੋਰ ਵੜੇ ਆ, ਇੱਥੋਂ ਨਿਕਲੇ ਆ, ਆਪਾਂ ਚੋਰ ਲੱਭਣੇ ਆ ਜਿਹੜੇ ਮਰਜ਼ੀ। ਬਿਲਕੁਲ ਚੋਰੀ ਬਰਦਾਸ਼ਤ ਨਹੀਂ ਗਈ ਆਪਾਂ। ਹਾਂਜੀ, ਕੀ ਨਾਂ ਜੀ ਤੁਹਾਡਾ? ਪੱਪੂ ਡਗਰਾਲ। ਕੀ ਗੱਲ ਕੀ ਹੋਈ ਹੈ ਜੀ ਇੱਥੇ? ਪਤਾ ਨਹੀਂ ਲੱਗਿਆ ਜੀ, ਸੋ ਰਹੇ ਸੀ, ਅਸੀਂ ਤਾਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ਚੋਰ ਆ ਗਏ, ਚੋਰ ਚੋਰ। ਜਦੋਂ ਅਸੀਂ ਆਏ, ਮੈਂ 15 ਮਿੰਟ ਪਹਿਲੇ ਉੱਠਿਆ ਸੀ। ਇੱਕ ਮਿੰਟ ਜੀ। ਹਾਂਜੀ, ਇਹ ਜਦੋਂ ਅਸੀਂ ਆਏ ਪਹੁੰਚੇ, ਮੋਟਰ ਪੱਟ ਕੇ ਲੈ ਗਏ, ਵਾਸ਼ ਮਸ਼ੀਨ ਖੁੱਲ੍ਹੀ ਪਈ ਹੈ, ਅਸੀਂ ਭੱਜੇ ਮਗਰ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਇਆ, ਹਨੇਰਾ ਹੈਗਾ ਸੀਗਾ ਜੀ। ਕਿੰਨਾ ਮਕਾਨ ਕਿੰਦਾ ਜੀ? ਇਹ ਮੋਹਨ ਲਾਲ ਸ਼ਰਮਾ ਕੈਨੇਡਾ ਗਏ ਨੇ। ਅਤੇ ਢਾ ਰਹੇ ਨੇ ਮਕਾਨ ਨੂੰ? ਹਾਂਜੀ ਹਾਂਜੀ, ਮਕਾਨ ਨੂੰ ਢਾ ਰਹੇ ਸੀ। ਸਾਨੂੰ ਤਾਂ ਇਹੀ ਸ਼ੁਭ ਹੈ, ਜਿਹੜੇ ਮਕਾਨ ਢਾ ਰਹੇ ਨੇ ਉਹਨਾਂ 'ਚ ਕੋਈ ਨਾ ਕੋਈ ਬੇਤੀ ਹੋਏਗਾ। ਅੱਛਾ ਜੀ, ਕੀ ਨੁਕਸਾਨ ਹੋਇਆ ਉਹਨੇ ਇਸ ਟਾਈਮ? ਨੁਕਸਾਨ, ਮੋਟਰ ਲੈ ਗਏ ਜੀ, ਵਾਸ਼ਮਸ਼ੀਨ ਖੋਲ੍ਹ ਕੇ ਇੱਥੇ ਸਿੱਟ ਗਏ। ਹੁਣ ਅਸੀਂ ਤਾਂ ਸਾਰੇ ਪਾਸੇ ਭੱਜ ਭੱਜ ਕੇ ਵੇਖੀ ਜਾਂਦੇ ਹਾਂ, ਕੋਈ ਹੈ ਨਹੀਂ ਗਏ। ਹੁਣ ਪੁਲਿਸ ਬੁਲਾਈ ਹੈ ਜੀ। ਪੁਲਿਸ ਕਿੰਨੇ ਟਾਈਮ ਵਿੱਚ ਆ ਗਈ? ਪੁਲਿਸ ਨਾਲ ਹੀ ਆ ਗਈ, ਫੋਨ ਕਰਦੇ ਨਾਲ ਹੀ ਆ ਗਈ। ਪੁਲਿਸ ਨਾਲ ਆ ਗਈ ਸੀ, ਵੇਖ ਰਹੇ ਨੇ ਸਾਰੇ, ਪੁਲਿਸ ਹੋਰ ਵੀ ਆ ਗਈ ਜੀ। ਕੀ ਚੱਕਰ ਹੋਇਆ ਅੰਕਲ ਜੀ? ਚੱਕਰ ਕੇ ਕੋਈ 15-20 ਮਿੰਟ ਪਹਿਲਾਂ ਮੇਰਾ ਲੜਕਾ ਉੱਠਿਆ, ਆ ਕੇ ਹੁਣ ਪੁੱਤ ਨੂੰ ਜਗਾਉਣ ਲੱਗਿਆ। ਮੈਂ ਕੀ ਗੱਲ ਹੈਗੀ, ਬੋਲੇ ਤਾਂ ਖੜਕਾ ਹੁੰਦਾ ਪਿਆ ਗਾ, ਮਗਰ ਤੂੰ ਅਕੇਲਾ ਨਾ ਜਾਈ, ਸੱਤੇ ਮੈਂ ਨਾਲ ਚੱਲਦਾ ਪਿਆ ਕਰ। ਅਸੀਂ ਉੱਤੇ ਆਏ ਹੈਗੇ, ਆਹ ਮਕਾਨ ਮੇਰਾ ਨਾਲ ਹੈਗਾ, ਅਸੀਂ ਉੱਤੇ ਚੜ੍ਹ ਕੇ ਵੇਖਾਂ ਤਾਂ ਇੱਕ ਬੰਦਾ ਨਜ਼ਰ ਆਇਆ ਇੱਥੇ ਸਾਨੂੰ। ਉਹਨੇ ਕਿਹਾ ਮੈਨੂੰ ਈਟ ਦੇ ਦਿਆ, ਅਸੀਂ ਈਟ ਉਹਨੂੰ ਮਾਰੀ ਹੈਗੀ, ਉਹ ਬੰਦਾ ਇੱਥੋਂ ਭੱਗਿਆ ਹੈਗਾ ਜੀ। ਫਿਰ ਅਸੀਂ ਅੰਦਰ ਆਏ ਹੈਗੇ, ਰੌਲਾ ਪਾਇਆ ਵੀ ਚੋਰ ਚੋਰੇ, ਬੰਦੇ ਬੰਦੇ ਸਾਰੇ ਇਕੱਠੇ ਹੋ ਗਏ। ਹੁਣ ਪਤਾ ਨਹੀਂ ਲੱਗਿਆ ਬੰਦਾ ਕਿੱਧਰ ਹੈਗਾ, ਕਿੱਧਰ ਨਹੀਂ ਹੈਗਾ। ਅੱਛਾ ਜੀ, ਉਸ ਤੋਂ ਬਾਅਦ ਵੀ ਉੱਤੇ ਖੜਕੇ ਆਉਂਦੇ ਰਹੇ, ਇੱਧਰ ਹਾਲੇ ਤੱਕ ਵੀ ਖੜਕੇ ਆ ਰਹੇ ਆ, ਚੁੱਪ ਚੁਬਾਰੇ ਵਿੱਚ ਖੜਕੇ ਆਉਂਦੇ, ਸਾਰਿਆਂ ਨੇ ਸੁਣਿਆ ਖੜਕੇ ਇੱਥੇ। ਅੱਛਾ ਅੱਛਾ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਬਨਵਾਰੀ ਲਾਲ। ਠੀਕ ਹੈ, ਇਹ ਕਿੱਥੇ ਕਰਕੇ ਚੋਰੀ ਦਾ ਵਾਰਦਾਤ ਹੋਈ ਹੈ, ਕਿੱਥੇ ਹੋਈ ਹੈ? ਜੈਨ ਸਕੂਲ MLA ਫਾਜ਼ਿਲਕਾ ਨਰਿੰਦਰਪਾਲ ਸਮਨਾ ਜੀ ਵੱਲੋਂ ਉਹਦੀ ਅਗਵਾਈ ਦੇ ਵਿੱਚ ਮੈਨੂੰ ਕਾਲ ਆਈ ਸੀ ਇੱਥੋਂ ਹੀ। ਮੈਂ ਫਾਜ਼ਿਲਕਾ ਹੀ ਸੀਗਾ ਅਤੇ ਮੇਰੀ ਡਿਊਟੀ ਲੱਗੀ, ਮੈਂ ਇੱਥੇ ਪਹੁੰਚਿਆ, ਇੱਥੇ ਕੋਈ ਚੋਰੀ ਦੀ ਵਾਰਦਾਤ ਹੋਈ, ਅਸੀਂ ਮੌਕੇ 'ਤੇ ਪਹੁੰਚੇ ਹਾਂ, ਸਾਡੀ ਪੁਲਿਸ ਪਾਰਟੀ ਪਹੁੰਚੀ ਹੈ, ਲੇਕਿਨ ਚੋਰ ਭੱਜਣ 'ਚ ਕਾਮਯਾਬ ਹੋ ਗਏ ਨੇ। ਲੇਕਿਨ ਮੈਂ ਪੁਲਿਸ ਨੂੰ ਸਖ਼ਤ ਨਿਰਦੇਸ਼ ਦੇ ਦਿੱਤੇ ਨੇ ਵੀ ਸਵੇਰ ਤੱਕ ਚੋਰ ਚਾਹੀਦੇ ਆਪਾਂ ਨੂੰ, ਬਿਲਕੁਲ ਚੋਰੀ ਬਰਦਾਸ਼ਤ ਨਹੀਂ, ਸਾਨੂੰ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਆਮ ਪਬਲਿਕ ਦਾ ਬਿਲਕੁਲ ਨੁਕਸਾਨ ਨਹੀਂ ਹੋਣਾ ਚਾਹੀਦਾ। ਲੇਕਿਨ ਚਾਵਲਾ ਸਾਹਿਬ, ਸ਼ਹਿਰ ਦੇ ਵਿੱਚ ਬੜੀਆਂ ਘਟਨਾਵਾਂ ਹੋ ਰਹੀਆਂ, ਬਾਈਕ ਚੋਰੀ ਹੋਏ, ਦਿਨ ਦਿਹਾੜੇ ਚੋਰੀਆਂ ਹੋ ਰਹੀਆਂ, ਇਹਨੂੰ ਲੈ ਕੇ ਕੀ ਕਹੋਗੇ? ਵੇਖੋ ਜੀ, ਆਪਣੀ ਪੁਲਿਸ ਫੋਰਸ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ, ਲੇਕਿਨ ਕਿਧਰੇ ਵੀ ਹਰੇਕ ਚੱਪੇ ਚੱਪੇ 'ਤੇ ਪੁਲਿਸ ਨਹੀਂ ਹੋ ਸਕਦੀ, ਲੇਕਿਨ ਬਹੁਤ ਮਿਹਨਤ ਕਰ ਰਹੀ ਹੈ। ਮੈਂ ਆਪਾਂ ਕਿਹਾ ਚੋਰੀਆਂ ਦੇ ਬਿਲਕੁਲ ਠੱਲ ਪਾਉਣੀ 100%। MLA ਸਾਹਿਬ ਨੇ ਸਖਤੀ ਨਾਲ ਵੀ ਕਿਹਾ ਹੋਇਆ ਹੈ, SSP ਸਾਹਿਬ ਨੂੰ ਵੀ ਆਪਣੇ ਚੋਰੀਆਂ ਦੇ ਬਿਲਕੁਲ ਠੱਲ ਪਾਓ ਜੀ, ਜਿਹੜੇ ਵੀ ਚੋਰ ਨੇ ਫੜ ਕੇ ਲਿਆਓ, ਇਹਨਾਂ ਦੀ ਕਾਰਵਾਈ ਕਰੋ। ਸੂਚਨਾ ਮਿਲੀ, ਹੁਣ ਸਾਨੂੰ ਸੂਚਨਾ ਮਿਲੀ ਸੀ ਕਿ ਜੈਨ ਗਲੀ ਦੇ ਵਿੱਚ ਕੋਈ ਵੜਿਆ, ਚੋਰ ਵੜਿਆ ਅੰਦਰ ਇਮਾਰਤ ਦੇ ਵਿੱਚ। ਅਸੀਂ ਮੌਕੇ 'ਤੇ ਪਹੁੰਚ ਗਿਆ, ਸਾਰੀ ਪੁਲਿਸ ਜਿੰਨੀ ਹੈਗੀ, ਆਪਣੇ 4-3 PCR ਉਹ ਆ ਕੇ ਪੂਰੀ ਪੜਤਾਲ ਕੀਤੀ ਹੈ, ਪਰ ਸਾਨੂੰ ਚੋਰ ਨਹੀਂ ਮਿਲੇ। ਨੁਕਸਾਨ ਹੋਇਆ? ਹਾਂ, ਨੁਕਸਾਨ ਨਹੀਂ ਹੋਇਆ, ਪਰ ਮੋਟਰ ਉਹਨਾਂ ਖੋਲ੍ਹੀ ਸੀ ਪਾਣੀ ਵਾਲੀ, ਉਹ ਵਿੱਚੇ ਛੱਡ ਗਿਆ ਜੀ। ਹਾਂਜੀ।